पोस्टिंग गया था, 2 महीने तक हो गए गए सिक्किम बिच, उत्थे हादसा वापर। ਮੇਰੀ ਹੋਈ 10 ਦਿਨ ਪਹਿਲਾਂ, ਕਹਿੰਦੇ ਮੈਂ ਫਾਰਮ ਵਿੱਚ ਜਾ ਰਿਹਾ ਕਿਤੇ, ਅਤੇ ਕਹਿੰਦੇ ਉੱਥੇ ਨੈਟਵਰਕ ਵਗੈਰਾ ਨਹੀਂ ਹੈ, ਅਤੇ ਘਰਦਿਆਂ ਦਾ ਖਿਆਲ ਰੱਖੀ ਰੱਖੀ ਕੁਛ ਨਹੀਂ। ਮੁੰਡੇ ਤੋਂ ਭਾਜੀ ਦਾ ਭਰਾ ਹੈ, ਕੀ ਨਾਮ ਹੈ ਜੀ? ਸ਼ਮਸ਼ੇਰ ਸਿੰਘ ਜੀ। ਬੇਟਾ ਜੀ ਕਦੋਂ ਇਹ ਭਰਤੀ ਹੋਏ ਸੀਗੇ? ਅਤੇ ਹੁਣ ਭਰਤੀ ਨੂੰ 8 ਸਾਲ ਹੋ ਗਏ, 9 ਸਾਲ ਜਾਂਦਾ ਜੀ। ਬਾਕੀ ਇਹਦੇ ਪੋਸਟਿੰਗ ਗਿਆ ਤਾਂ ਇਹ 2 ਮਹੀਨੇ ਤਾਂ ਹੋ ਗਏ ਗਏ ਨੂੰ ਸਿੱਕਮ ਵਿੱਚ, ਉੱਥੇ ਹਾਦਸਾ ਵਾਪਰ ਗਿਆ। ਬੱਚਾ ਤੁਹਾਡਾ ਦੇਸ਼ ਲਈ ਸੇਵਾਵਾਂ ਦੇ ਰਿਹਾ ਸੀ, ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਦੇਸ਼ ਲਈ ਤੋਂ ਸੇਵਾਵਾਂ ਦੇ ਕੇ ਹੀ ਤਾਂ ਵਿਆਹ ਹੋਇਆ ਸੀ ਜੀ? ਹਾਂਜੀ ਵਿਆਹ ਹੋਇਆ ਵਾਲਾ ਜੀ। ਬੱਚੇ ਹੈਗੇ? ਬੱਚੇ ਗੁੱਡੀ ਹੈ ਜੀ, 1.5 ਸਾਲ ਦੀ, 15-16 ਮਹੀਨੇ ਦੀ। ਤੁਹਾਨੂੰ ਕਿਵੇਂ ਮੈਸੇਜ ਲੱਗਿਆ ਜੀ ਇਹਦੇ ਬਾਰੇ? ਮੈਸੇਜ ਹੁਣ ਕੀ ਕਹਿ ਸਕਦੇ, ਜੋ ਸਾਨੂੰ ਉੱਥੇ ਉਹਨਾਂ ਨੇ ਦੱਸਿਆ, ਸਾਨੂੰ ਤਾਂ ਦੱਸਿਆ ਵੀ ਪੈਰ ਫਿਸਲ ਗਿਆ ਅਤੇ ਉੱਥੇ ਬਸ ਬਰਫ਼ ਤੋਂ ਸੱਟ ਲੱਗ ਗਈ ਅਤੇ ਬਾਕੀ ਹੁਣ ਕਿਆ ਕਹਿ ਸਕਦੇ ਅਸੀਂ? ਕਿਹਾ ਜੀ ਤੁਹਾਨੂੰ ਫੋਨ ਆਇਆ ਸੀ ਅਰੇਂਜਮੈਂਟ ਤੋਂ ਜਾਂ ਕਿਵੇਂ ਆਏ? ਸਾਨੂੰ ਕੱਲ੍ਹ 6 ਵਜੇ ਸਵੇਰੇ ਫੋਨ ਆਇਆ ਤਾ ਸੂਬੇਦਾਰ ਮੇਜਰ ਦਾ, ਉਹਨਾਂ ਨੇ ਸਾਨੂੰ ਦੱਸਿਆ ਇਕਦਮ ਇਹ ਵੀ ਤੁਹਾਡਾ ਬੇਟਾ ਇੱਦਾਂ ਵੀ, ਦੂਜਾ ਛੋਟਾ ਵੀ ਇੱਦਾਂ ਗਾ। ਉਹਦੇ ਬਾਅਦ ਫਿਰ ਉਹਨਾਂ ਨੇ ਇਹਨਾਂ ਨੇ ਨਾਂ ਲਿਖਿਆ ਵੀ, ਮੈਂ ਕਿਹਾ ਵੀ ਉਹ ਮੇਰੇ ਬੇਟੇ ਹੀ ਆ, ਅਤੇ ਵਾਹ ਕਹਿੰਦੇ ਵੀ ਫਿਰ ਜਤਿੰਦਰ ਵੀ ਕਹਿੰਦਾ ਫਿਰ ਨਹੀਂ ਰਿਹਾ ਇੰਨੀ ਦੇਰ, ਉਹਦੇ ਬਾਅਦ ਆਪਣੇ ਕੋਲ ਫੋਨ ਛੁੱਟ ਗਿਆ, ਗੱਲਬਾਤ ਨਹੀਂ ਹੋਈ। ਫਿਰ ਮਾਣ ਤਾਂ ਮਹਿਸੂਸ ਕਰ ਰਹੇ ਹੋ ਜੀ ਵੀ ਬੇਟਾ ਦੇਸ਼ ਦੇ ਕੰਮ ਆਇਆ ਜੀ ਸਾਡਾ, ਆਪਣਾ ਤੁਹਾਡਾ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ, ਪਿੰਡ ਦਾ ਨਾਮ ਰੋਸ਼ਨ ਕੀਤਾ ਜੀ? ਉਹ ਤਾਂ ਹੁਣ ਰੋਸ਼ਨ ਤਾਂ ਕੀਤਾ ਹੀ ਹੈ, ਮਾਂ ਬਾਪ ਦਾ ਵੀ ਕੀਤਾ ਹੀ ਹੈ, ਬਾਕੀ ਤਾਂ ਹੁਣ ਉਪਰਾਲਾ ਜਾਣਦਾ ਜੀ। ਫਕਰ ਮਹਿਸੂਸ ਕਰਦੇ? ਫਕਰ ਮਹਿਸੂਸ, ਮਾਣ ਤਾਂ ਮਹਿਸੂਸ ਕਰਦੇ ਹੋ ਨਾ? ਅੱਜ ਤਾਂ ਮਹਿਸੂਸ ਕਰਦੇ ਦੇਸ਼ ਲਈ ਯਾਦ ਹੋਇਆ ਜੀ, ਦੇਸ਼ ਲਈ ਸ਼ਹੀਦ ਹੋ ਗਿਆ ਜੀ। ਮੇਰਾ ਨਾਮ ਰਾਜੇਸ਼ ਕੁਮਾਰ ਹੈ। ਮੈਂ ਸਵੇਰੇ ਪਤਾ ਲੱਗਿਆ ਮੈਨੂੰ ਜਦੋਂ ਡਿਊਟੀ 'ਤੇ ਮਤਲਬ ਸਹੁਰਿਆਂ ਨੇ ਮੈਨੂੰ ਠਾਲ ਕੇ ਦੱਸਿਆ ਮੇਰੇ ਪਲਟੂਨ ਹੌਲਦਾਰ ਨੇ ਕਿ ਤੇਰਾ ਭਰਾ 19 ਪੰਜਾਬ ਵਿੱਚ ਹੈ, ਕਿ ਉਹ ਹੁਣ ਨਹੀਂ ਰਿਹਾ ਇਸ ਦੁਨੀਆ 'ਚ। ਅਤੇ ਬਸ ਫਿਰ ਉਸ ਤੋਂ ਬਾਅਦ ਮੈਨੂੰ ਛੁੱਟੀ ਭੇਜ ਦਿੱਤਾ ਉਹਨੇ। ਤੁਸੀਂ ਕਿਹੜੀ ਬਟਾਲੀਅਨ ਤੋਂ ਜੀ? ਹਾਂ ਜੀ, ਤੁਸੀਂ ਕਿਹੜੀ ਬਟਾਲੀਅਨ ਤੋਂ? ਮੇਰੀ 22 ਪੰਜਾਬ ਹੈ। ਤੁਸੀਂ 22 ਪੰਜਾਬ ਅਤੇ ਉਹ 19 ਪੰਜਾਬ 'ਚ? ਹਾਂਜੀ। ਤੁਹਾਡੀ ਡਿਊਟੀ ਕਿੱਥੇ? ਡਿਊਟੀ ਮੇਰੀ ਹੈ ਪੁੰਛ ਬਾਰਡਰ। ਪੁੰਛ ਬਾਰਡਰ। ਹੁਣ ਕਦੋਂ ਸ਼ਹੀਦ ਆਏਗਾ ਜੀ, ਕਦੋਂ ਸੰਸਕਾਰ ਕੀਤਾ ਜਾਏਗਾ ਜੀ? ਸੰਸਕਾਰ ਜੀ ਪਰਸੋਂ ਦੀ ਉਹਦੀ ਡੈਥ ਹੋਈ ਹੈ ਸ਼ਾਮ ਦੀ, ਅਤੇ ਅੱਜ ਤੇ 2ਰਾ ਦਿਨ ਹੈ, ਕੱਲ੍ਹ ਆਏਗੀ ਬਾਡੀ ਉਹਦੀ, ਫਿਰ ਕੱਲ੍ਹ ਦਾ ਸੰਸਕਾਰ ਕੀਤਾ ਜਾਏਗਾ। ਤੁਸੀਂ ਦੋਨੋਂ ਭਰਾ ਦੇਸ਼ ਦੀ ਸੇਵਾ ਕਰ ਰਹੇ ਭਾਅ ਜੀ, ਹੁਣ ਤੁਹਾਡਾ ਵੱਡੇ ਭਰਾ ਸੀਗੇ ਉਹ ਦੇਸ਼ ਦੀ ਸੇਵਾ ਔਨ ਡਿਊਟੀ ਸੀਗੇ ਜਦੋਂ, ਅਤੇ ਕਿਵੇਂ ਲੱਗ ਰਿਹਾ ਤੁਹਾਨੂੰ? ਕਿਉਂਕਿ ਤੁਸੀਂ ਵੀ ਔਨ ਡਿਊਟੀ ਜਾਂਦੇ ਹੋ ਫੌਜ 'ਚ? ਫੌਜ ਦੀ ਨੌਕਰੀ ਹੈ ਜੀ, ਕੁਛ ਨਹੀਂ ਦੱਸ ਸਕਦੇ, ਕੁਛ ਵੀ ਹੋ ਸਕਦਾ, ਸਾਡੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਕਿਉਂਕਿ ਤੁਸੀਂ ਵੀ ਉਸ ਪੁੰਛ ਬਾਰਡਰ 'ਤੇ ਹੀ ਹੋ ਜਿੱਥੇ ਹਮੇਸ਼ਾ ਖਤਰਾ ਹੀ ਰਹਿੰਦਾ ਜੀ। ਮਾਣ ਤਾਂ ਮਹਿਸੂਸ ਕਰ ਰਹੇ ਹੋ ਨਾ ਤੁਸੀਂ ਕਿ ਮੇਰਾ ਬ੍ਰਦਰ ਆ ਉਹ ਦੇਸ਼ ਦੇ ਕੰਮ ਆਇਆ? ਮਾਣ ਹੀ ਯਾਰ। ਆਖਰੀ ਵਾਰ ਕਦੋਂ ਗੱਲ ਹੋਈ ਸੀ ਤੁਹਾਡੀ ਆਪਣੇ ਬ੍ਰਦਰ ਨਾਲ? ਮੇਰੀ ਹੋਈ ਸੀ 10 ਦਿਨ ਪਹਿਲਾਂ, ਕਹਿੰਦੇ ਮੈਂ ਫਾਰਵਰਡ 'ਚ ਜਾ ਰਿਹਾ ਕਿਤੇ, ਅਤੇ ਕਹਿੰਦੇ ਉੱਥੇ ਨੈਟਵਰਕ ਵਗੈਰਾ ਨਹੀਂ ਹੈ, ਅਤੇ ਘਰਦਿਆਂ ਦਾ ਖਿਆਲ ਰੱਖੀ, ਉੱਥੇ ਕੁਛ ਨਹੀਂ ਇੱਦਾਂ ਦਾ ਉੱਥੇ ਗੱਲਬਾਤ ਹੈ। ਬਸ ਸਪੈਸ਼ਲ ਦੱਸੀ ਉਹਦੇ ਜਦੋਂ ਆਖਰੀ ਵਾਰ ਗੱਲ ਹੋਈ? ਬਸ ਇਹੀ ਗੱਲ ਹੋਈ। ਇਹੀ ਕਹਿੰਦੇ ਭਾਅ ਜੀ 15-16 ਦਿਨ ਵਾਸਤੇ ਚੱਲਾਂਗੇ, ਉੱਥੇ ਰੇਂਜ ਨਹੀਂ ਆਉਣੀ, ਅਤੇ ਮੈਂ ਆ ਕੇ ਥੱਲੇ ਆ ਕੇ ਗੱਲ ਕਰੂੰਗਾ, ਇੱਦਾਂ ਹੀ ਦੱਸ ਕੇ ਇਕੱਠੇ ਚੱਲਦੀਆਂ।